ਇਮਾਨ ਸਾਹਿਬ ਵਾਲੇ ਵੀ ਵਿਰਾਟ ਕੋਹਲੀ ਦੇ ਨਾਲ ਆਸਟ੍ਰੇਲੀਆ ਨੂੰ ਜਿਤਾਣਾ ਤੇ ਲੇਕਿਨ ਮੈਂ ਆਣਾ ਵੀ ਆਸਟ੍ਰੇਲੀਆ ਜਿੱਤੇਗਾ ਤੇ ਇਨਸ਼ਾਅੱਲਾ ਆਸਟ੍ਰੇਲੀਆ ਹੀ ਜਿੱਤੇਗਾ ਤੇ ਉਂਝ ਕੰਮ ਵੀ ਆ ਟੁਰ ਪਿਆ ਕ੍ਰਿਕਟ ਨੂੰ ਵੇਖਣਾ ਚਾਹੀਦਾ ਜਿਹੜਾ ਅੱਛਾ ਖੇਲੇ ਉਹਨੇ ਹੀ ਜਿੱਤਣਾ ਜਿੱਤਣਾ ਤਾਂ ਉਹਨੇ ਹੀ ਆ ਸਾਰੀ ਗੱਲ ਲੇਕਿਨ ਇਹ ਆ ਵੀ ਕੋਹਲੀ ਵੀ ਅੱਛਾ ਖੇਡ ਰਹੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੇਡਦੇ ਤਾਂ ਚੰਗਾ ਹੀ ਪੈ ਰਹੇ ਮਸੇਰ ਲੇਕਿਨ ਇਹ ਆ ਵੀ ਦਿਲ ਦੀ ਵੀ ਤਾਂ ਕੋਈ ਗੱਲ ਹੁੰਦੀ ਨਾ ਮੀਆਂ ਮਖਲੂਕ ਹੈ ਉਹ ਜ਼ਰੂਰ ਹਿੰਦੂ ਨੇ ਲੇਕਿਨ ਅੱਲਾ ਦੀ ਮਖਲੂਕ ਹੈ ਨਾ ਜਿੱਤਣਾ ਉਹਨਾਂ ਹੀ ਹੈ ਮਗਰ ਉਹ ਤੇਰੀ ਫੈਮਿਲੀ ਕੋ ਅੱਲੇ ਰਾ ਦੇਣਾ ਤੂੰ ਹੈ ਇੰਡੀਆ ਦੇ ਰਾ ਦੇਣਾ ਤੁਹਾਡੀ ਪੈਨ ਨੂੰ ਸਾਡਾ ਸਾਰਾ ਸਨਾਟਾ ਪੈ ਗਿਆ ਜੀ ਆ ਕੁੜੀ ਆ हालात खराब हो रहे दो हो गए तमाशा ही बना लिया भैया हले चुले रिव्यू की पता लै ला इन्हें लैना ही रिव्यू मेरे ख्याल में वे मर्जी कर जानी गेंद बाहर उस पैर नहीं लगी ਕੋਈ ਬੈਟ ਨਾ ਲੱਗੀ ਕੋਈ ਲੱਗੀ ਕਿਉਂਕਿ ਨਾ ਪਾਉਂਦਾ ਹੈ ਓਰੀਜਨਲ ਡਿਸੀਜਨ ਨਹੀਂ ਚੱਲਦਾ ਪਿਆ ਇੰਡੀਆ ਰਿਵਿਊ ਲਿਆ ਹੈ ਬਾਹਰ ਜਾਂਦੀ ਆ ਲਾਈਨ ਆਫ ਬੈਕਸ ਤੇ ਨੋ ਡਾਊਟ ਨੋ ਡਾਊਟ ਨੋ ਡਾਊਟ ਮੈਂ ਇਸੇ ਮੈਚ ਰਾਇਆ ਵੀ ਆਪਾਂ ਨੂੰ ਬੈਟ ਨਾ ਲੱਗੀ ਮੋਡਲ ਸੱਚ ਕੁਝ ਜਾਂਦੀ ਇਸ ਮੈਚਸ ਐਵਰ ਪਲੇ ਦੀ ਅਪੀਲ ਵਾਰ ਅਗੇਨ ਦੀ ਗੇਂਦ ਬਾਹਰ ਜਿਸਸਾ ਮਾਰੀਏ ਇਹਨਾਂ ਨੇ ਇੰਡੀਆ ਦਾ ਨਾਮ ਆਦਾ ਕੋ ਨਹੀਂ ਆ ਮੇਰੇ ਪੈਰ ਬਾਹਰ ਨਹੀਂ ਸਿੱਧਾ ਮਾਰੀਆ ਚਾਹੇ ਸ਼ੁਰੂ ਵਿੱਚ ਕੋਈ ਜਗ੍ਹਾ ਲੱਗ ਲੈਂਦਾ ਬੰਮੇ ਖਾ ਦਿੱਤੇ ਯਾਰ ਬੜੇ ਕੁਛ ਰੇਟ ਨਹੀਂ ਆ ਲੰਬਾ ਕੁਝ ਮੈਂ ਬੰਦੀਆਂ ਨੇ ਲੈ ਤਾਲੀਆਂ ਜਿੰਦਾਬਾਦ ਬਿਲਕੁਲ ਤੇ ਤੂੰ ਤਾਂ ਪੀਰ ਅੱਜ ਤੁਸੀਂ 53 ਬਣਾ ਗਿਆ
ਚਲੋ ਜੀ 50 ਵੀ ਹੋ ਗਈ ਨਹੀਂ ਇਹ ਰਾਤ ਸੋ ਕੰਮ ਸ਼ੁਰੂ ਹੋਏ ਨਾ ਬੜਾ ਬਜਣਾ ਹੈ ਹਾਂ ਇਹਨੇ ਸਹੀ ਬੋਕੇ ਮਾਰਨੇ ਨੇ ਵਾਰਨ ਨੇ ਉਹਨਾਂ ਦੇ ਤਾਂ ਸ਼ਰਾਬ ਲੈ ਆਉ ਬਸ ਤੂੰ ਇਹਨਾਂ ਦੀ ਅਗਾ ਕੋਣੀ ਅਗਾ ਦੁਨੀਆ ਤੇ ਮੇਰਾ ਪਿਆਰ ਹੈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਅਰਬੀਆਂ ਨੇ ਮੁਲਕ ਦਾ ਚੌਕਾ ਨਹੀਂ ਬੰਦਾ ਕੀ ਪੰਜ ਬਾਹਰ ਨਿਕਲੇ ਤਾਂ ਗੇਂਦ ਵੀ ਫੜਨ ਦਾ ਨਾ ਜੀ ਨਹੀਂ ਕਰਦਾ ਆਵਾਜ਼ ਕੋਈ ਨਹੀਂ ਵੇਖੋ ਲੱਖ ਮੰਨਾ ਰਹੇ ਮੱਠਾ ਮੱਠਾ ਵੀ ਬੰਦੇ ਸਾਵਾਂ ਦੀ ਵੀ ਆਵਾਜ਼ ਨਹੀਂ ਆ ਰਹੀ ਇਹਨਾਂ ਦੀ ਖੋਲ ਕੇ ਸਾਹ ਵੀ ਨਹੀਂ ਲੈ ਮਾੜਾ ਮਾੜਾ ਖੱਟਾ ਰੰਗ ਨਹੀਂ ਗਿਆ ਨਾ ਮਾਰੂ ਮਾਜ ਤੇ ਆਣਾ ਪਹਿਲੇ ਪੇਜ ਤੇ ਆ ਜਾ ਚਲੋ ਚਲੋ ਬੈਠੋ।